ਦੇਖਦੇ ਹਾਂ ਸੱਤਾ ਤੋਂ ਪਹਿਲਾਂ ਆਮ ਸੀ, ਸੱਤਾ ਤੋਂ ਬਾਅਦ ਫਿਰ ਕਿਵੇਂ ਰੰਗ ਬਦਲਿਆ? ਤੁਹਾਡੇ ਨਾਲ ਤਾਂ ਬੀਤੀ ਆ ਕਹਾਣੀ। ਦੇਖੋ, ਆਮ ਆਦਮੀ ਤੋਂ ਇਹ ਖਾਸ ਬਣਦਿਆਂ ਨੂੰ ਇਹਨਾਂ ਨੂੰ ਵਕਤ ਨਹੀਂ ਲੱਗਿਆ, ਸੋ ਅੱਜ ਆਮ ਨਾਂ 'ਤੇ ਜਿਹੜੇ ਲੋਕ ਆ ਚਿਣ ਲੱਗ ਗਏ। ਲਾਭ ਸਿੰਘ ਗੁੱਗੇ ਦਾ ਪਤਾ ਲੱਗ ਰਿਹਾ ਵੀ ਕਈ ਵਾਰ ਵਿਦੇਸ਼ਾਂ ਦਾ ਸ਼ਹਿਰ ਕਰਿਆ। ਇੱਕ ਆਮ ਨੂੰ ਜਿਹੜੀ ਐਡੀ ਪਦਵੀ ਦਿੱਤੀ ਆਮ ਲੋਕਾਂ ਨੇ ਪਿੰਡਾਂ ਵਿੱਚੋਂ, ਐਡਾ ਵੱਡਾ ਆਦਰ ਸਤਿਕਾਰ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇਹਨਾਂ ਨੂੰ ਜਿੱਤ ਦਵਾਈ। 24 ਦਾ ਦੰਗਲ ਭੱਗ ਗਿਆ, ਕਿਸ ਕੈਂਡੀਡੇਟ ਨੂੰ ਤੁਸੀਂ ਲੱਗਦਾ ਵੀ ਸੰਗਰੂਰ ਦੇ ਵਿੱਚ ਬਾਜੀ ਮਾਰ? ਸਾਨੂੰ ਆ ਪੱਗ ਬਖਸ਼ੀ ਇਸ ਨੂੰ ਮਤਲਬ ਐਕਸੈਪਟ ਕਰਦਾ ਤਾਂ, ਜਾਂ ਜਿਹੜੀ ਟੋਪੀ ਧਾਰੀਆਂ ਨੇ ਸਾਨੂੰ ਇੱਕ ਟੋਪੀ ਦੇ ਦਿੱਤੀ ਜਿਹੜੀ ਦਿੱਲੀ ਦੇ ਕਰਿੰਦਿਆਂ ਨੇ, ਉਸ ਨੂੰ ਪਿਆਰ ਕਰਦਾ। ਇਹ ਆਉਣ ਵਾਲੀਆਂ ਇਲੈਕਸ਼ਨਾਂ ਇਹ ਦੱਸਣਗੀਆਂ। ਉਹ ਖਹਿਰਾ ਸਾਹਿਬ ਬਹੁਤ ਵੱਡੀ ਇਹਨਾਂ ਨੂੰ ਕੀਮਤ ਚੁਕਾਉਣੀ ਪੈਣੀ ਆ, ਸੋ ਇੱਥੇ ਜਿਹੜੇ ਆਏ ਆ ਇਹ ਰਾਹ ਸੌਖੇ ਨਹੀਂ ਗੇ। ਦੇਖੋ, ਇੱਥੇ ਲੋਕ ਪਹਿਲਾਂ ਹੀ ਮਨਾਂ 'ਚ ਸਿਮਰਜੀਤ ਸਿੰਘ ਮਾਨ ਨੂੰ ਚੁਣ ਚੁੱਕੇ। ਖਹਿਰਾ ਜਿੱਤ ਜੇ ਚਾਹੇ ਆਮ ਆਦਮੀ ਜਿੱਤ ਜੇ, ਗੱਲ ਇੱਕੋ ਹੀ ਹੈ। ਇਹ ਸਿੱਕੇ ਦੇ ਦੋ ਪਹਿਲੂ ਨੇ ਇਹ, ਠੀਕ ਆ। ਦਿੱਲੀ ਜਾ ਕੇ ਇਹਨਾਂ ਨੇ ਇੱਕ ਹੋ ਜਾਣਾ। 13 ਸੀਟਾਂ ਰਹਿ ਗਈਆਂ ਪੰਜਾਬ ਦੀਆਂ, 13 ਨਾ ਤਾਂ ਕੋਈ ਸਰਕਾਰ ਬਣਾ ਸਕਣ ਨਾ ਢਾ ਸਕਣ, 13 ਚੋਂ ਪੰਜਾਬ ਦੀ ਗੱਲ ਕਰਨ ਵਾਲਾ ਕੌਣ? ਇੱਕ ਤੇ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਲੋਕਾਂ ਨੇ ਬੜੀਆਂ ਉਮੀਦਾਂ ਨਾਲ ਪਾਰਟੀ ਦੀ ਸਰਕਾਰ ਬਣਾਈ, ਪਰ ਉਹਨਾਂ ਦਾ ਜਿਹੜੇ ਭਗਵੰਤ ਸਿੰਘ ਮਾਨ ਕਹਿੰਦੇ ਤੇ ਪੈਂਚਰਾਂ ਵਾਲਾ, ਆਹ ਮੋਬਾਈਲਾਂ ਵਾਲਾ ਫਲਾਣਾ ਧਮਕਾ, ਉਹਨਾਂ ਦੇ ਸਿਰ ਦੇ ਉੱਤੇ ਸਦਾ ਦਾ ਇੰਨਾ ਹੰਕਾਰ ਚੜ੍ਹ ਗਿਆ। ਸਾਡੇ ਨਾਲ ਸੈਣਾ ਤੋਂ ਸਰਪੰਚ ਸਾਹਿਬ ਮੌਜੂਦ ਨੇ, ਜਿਨ੍ਹਾਂ ਨੂੰ ਲਾਭ ਸਿੰਘ ਉਗੋਕੇ, ਜਦੋਂ ਲਾਭ ਸਿੰਘ ਉਗੋਕੇ ਹੁੰਦਾ ਸੀ ਨਾਮ, ਉਹਦਾ ਨਾਮ ਥੱਪੜਾਂ ਵਾਲਾ ਮੰਤਰੀ, ਥੱਪੜਾਂ ਵਾਲਾ MLA ਵੱਜਣ ਲੱਗ ਗਿਆ। ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ। ਸਰਪੰਚ ਸਾਹਿਬ, ਸਵਾਗਤ ਹੈ ਸਾਡਾ G5 ਚੈਨਲ 'ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। G5 ਚੈਨਲ ਜਿੰਨੇ ਵੀ ਤੁਹਾਡੇ ਸਰੋਤੇ ਨੇ ਉਹਨਾਂ ਦਾ ਬੜਾ ਅਦਬ ਅਤੇ ਸਤਿਕਾਰ ਮੇਰੇ ਵੱਲੋਂ। ਸਰਪੰਚ ਸਾਹਿਬ, ਜਦੋਂ ਦੇਖਦੇ ਹਾਂ ਸੱਤਾ ਤੋਂ ਪਹਿਲਾਂ ਆਮ ਸੀ, ਸੱਤਾ ਤੋਂ ਬਾਅਦ ਫਿਰ ਕਿਵੇਂ ਰੰਗ ਬਦਲਿਆ? ਤੁਹਾਡੇ ਨਾਲ ਤਾਂ ਬੀਤੀ ਆ ਕਹਾਣੀ। ਦੇਖੋ, ਆਮ ਆਦਮੀ ਤੋਂ ਇਹ ਖਾਸ ਬਣਦਿਆਂ ਨੂੰ ਇਹਨਾਂ ਨੂੰ ਵਕਤ ਨਹੀਂ ਲੱਗਿਆ, ਸੋ ਅੱਜ ਆਮ ਨਾਂ 'ਤੇ ਜਿਹੜੇ ਲੋਕ ਆ ਚਿਣ ਲੱਗ ਗਏ। ਜਿਹੜਾ ਆਮ ਸ਼ਬਦ ਇੱਕ ਇੰਨਾ ਪੋਲਾਈਟ ਸ਼ਬਦ ਹੁੰਦਾ ਸੀ, ਪਿੰਡਾਂ 'ਚ ਲੋਕ ਬੋਲਦੇ ਸੀ, ਆਮ ਸ਼ਬਦ ਇਹਨਾਂ ਨੇ ਐਸਾ ਹਾਈਜੈਕ ਕੀਤਾ, ਉਸ ਤੋਂ ਵੀ ਲੋਕਾਂ ਨੂੰ ਚਿੜ ਹੋ ਗਈ। ਅੱਜ ਇਸ ਤਰ੍ਹਾਂ ਦੇ ਖਾਸ ਬਣ ਗਏ, ਰੇਤਾ ਬਜਰੀ, ਵੱਖ ਵੱਖ ਤਰ੍ਹਾਂ ਦੀਆਂ ਰਿਸ਼ਵਤਾਂ, ਘਟਾਲੇ, ਕਿੰਨੇ ਇਹਨਾਂ ਦੇ ਮੰਤਰੀ ਅੰਦਰ ਨੇ, ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕਹਿਣੀ ਅਤੇ ਕਥਨੀ 'ਚ ਕਿੰਨਾ ਫਰਕ ਆ ਗਿਆ। ਲਾਭ ਸਿੰਘ ਗੁੱਗੇ ਦਾ ਪਤਾ ਲੱਗ ਰਿਹਾ ਵੀ ਕਈ ਵਾਰ ਵਿਦੇਸ਼ਾਂ ਦਾ ਸ਼ਹਿਰ ਕਰਿਆ ਹੈ ਜੀ, ਕਿਵੇਂ ਦੇਖ ਰਹੇ ਹੋ? ਦੇਖੋ, ਇਹੀ ਤਾਂ ਬਦਲਾਵ ਹੈ ਨਾ। ਇੱਕ ਆਮ ਨੂੰ ਜਿਹੜੀ ਐਡੀ ਪਦਵੀ ਦਿੱਤੀ ਆਮ ਲੋਕਾਂ ਨੇ ਪਿੰਡਾਂ ਵਿੱਚੋਂ, ਐਡਾ ਵੱਡਾ ਆਦਰ ਸਤਿਕਾਰ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇਹਨਾਂ ਨੂੰ ਜਿੱਤ ਦਵਾਈ, ਸੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮਿਲੀਆਂ, ਜਿਹੜੇ ਪਾਤਸ਼ਾਹੀਆਂ ਬਖਸ਼ੀਆਂ ਗੁਰੂ ਮਹਾਰਾਜ ਨੇ ਜਾਂ ਲੋਕਾਂ ਨੇ, ਉਸ ਦੀ ਇਹਨਾਂ ਨੂੰ ਕੀਮਤ ਨਹੀਂ ਪਤਾ, ਕਿਉਂਕਿ ਉਹ ਇਹਨਾਂ ਨੂੰ ਮਿਹਨਤ ਕਰਕੇ ਨਹੀਂ ਮਿਲੀ। ਸੋ ਆਹ ਦੇਖ ਲਓ, ਅਸੀਂ ਪਿੰਡਾਂ 'ਚ ਵੋਟਾਂ ਮੰਗਦੇ ਹਾਂ ਤਾਂ ਸਾਡੇ 3-3 ਮਹੀਨੇ ਤਾਂ ਢੂਹੀ 'ਚੋਂ ਕੁੱਬ ਨਹੀਂ ਨਿਕਲਦਾ। ਸਾਨੂੰ ਗਰਾਊਂਡ ਲੈਵਲ 'ਤੇ ਲੋਕਾਂ ਦੀ ਸਮੱਸਿਆਵਾਂ ਦਾ ਪਤਾ, ਲੋਕਾਂ ਨਾਲ ਕਿਵੇਂ ਵਿਚਰੀਦਾ, ਅਤੇ ਲੋਕਾਂ ਨੇ ਜਿਹੜੀ ਸਾਨੂੰ ਵੋਟ ਦਿੱਤੀ ਆ ਉਸ ਦੀ ਕਦਰ ਕੀਮਤ ਕੀ ਆ,
ਉਸ ਵਾਸਤੇ ਤੁਸੀਂ ਆਪਣੇ ਆਪ ਨੂੰ ਸਾਬਤ ਕਿਵੇਂ ਕਰਨਾ, ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਉਸ 'ਤੇ ਖਰਾ ਕਿਵੇਂ ਉਤਰਨਾ, ਇਹ ਸਾਡੇ ਮਨਾਂ 'ਚ ਆ ਜਿਹੜੇ ਅਸੀਂ ਆਮ ਲੋਕ ਪਿੰਡਾਂ 'ਚ ਇਲੈਕਸ਼ਨਾਂ ਲੜਦੇ ਹਾਂ। ਪਿੰਡਾਂ ਦਾ ਦਰਦ ਆ, ਇਹ ਕੀ ਜਾਣਨ ਸਾਡੇ ਪਿੰਡਾਂ ਦਾ ਦਰਦ? ਇਹਨਾਂ ਨੂੰ ਬੈਠੇ ਬਿਠਾਈਆਂ ਨੂੰ ਵਾਹਿਗੁਰੂ ਨੇ ਐਡੀਆਂ ਵੱਡੀਆਂ ਪਾਤਸ਼ਾਹੀਆਂ ਬਖਸ਼ਤੀਆਂ, ਪਾਤਸ਼ਾਹੀਆਂ ਵਾਹਿਗੁਰੂ ਬਖਸ਼ ਦਿੰਦਾ, ਪਰ ਉਹ ਬੰਦੇ 'ਤੇ ਛੱਡ ਦਿੰਦਾ ਵੀ ਉਸਨੂੰ ਹੰਢਾਉਣ ਦੇ ਕਾਬਲ ਹੈ ਕਿ ਨਹੀਂ, ਇਹਨਾਂ ਤੋਂ ਹੰਢਾਈ ਨਹੀਂ ਜਾਂਦੀ। ਇਹ ਇਹਨਾਂ 'ਚ ਇਸ ਤਰ੍ਹਾਂ ਦੀ ਕੋਈ ਵੀ ਕੁਆਲਿਟੀ ਨਹੀਂ ਵੀ ਇਹ ਐਡੀਆਂ ਵੱਡੇ ਜਿਹੜੇ ਅਹੁਦੇ ਮਿਲੇ ਉਸ ਨਾਲ ਜਸਟਿਸ ਕਰ ਸਕਣ। ਜਿਹੜਾ ਸੱਤਾ ਦਾ ਅਹੰਕਾਰ ਸੀ ਕਿਤੇ ਨਾ ਕਿਤੇ ਹੁਣ ਵੋਟਾਂ ਦੇ ਗਰਾਊਂਡ 'ਚ ਆ ਗਿਆ। ਹੁਣ ਤੁਸੀਂ ਤੁਹਾਡੀ ਗੱਲ ਵਿੱਚ ਆ ਲਿਆ ਸੱਤਾ ਦਾ ਅਹੰਕਾਰ। ਦੇਖੋ ਮੇਰੇ ਪਿੰਡ ਆਏ ਸੀਗੇ ਇਹ, ਮੈਂ ਇੱਕ ਆਪਣਾ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਜਿਹੜਾ ਮੈਨੂੰ ਸਿਸਟਮ ਆ ਉਸ ਤਹਿਤ ਮੈਂ ਇੱਕ ਪ੍ਰੋਟੈਸਟ ਕਰ ਰਿਹਾ ਸੀ। ਸੋ ਉਹ ਜਿਹੜਾ ਉਹਦੇ ਬੋਲ ਰਿਹਾ ਸੀ ਸੱਤੇ ਦੇ ਅਹੰਕਾਰ 'ਚ ਬੋਲ ਰਿਹਾ ਸੀ। ਸੋ ਇੰਨੇ ਮਤਲਬ ਉੱਥੇ ਪੁਲਿਸ ਬਲ ਸੀ, ਰੈਪਿਡ ਐਕਸ਼ਨ ਫੋਰਸ, ਕਮਾਂਡੋ, ਹੋਰ ਆਮ ਪੁਲਿਸ। ਦੱਸੋ ਸਾਡੇ ਪਿੰਡ ਆਇਆ ਸੀ ਐਡੀ ਪੁਲਿਸ ਪਾਵਰ ਲੈ ਕੇ ਆਉਣ ਦੀ ਕੀ ਲੋੜ ਸੀ? ਠੀਕ ਹੈ, ਇੱਕ ਅਸੀਂ ਛੋਟਾ ਜਿਹਾ ਇੱਕ ਅਸੀਂ ਪ੍ਰੋਟੈਸਟ ਕਰ ਰਹੇ ਸੀ। ਉਹਨੂੰ ਪਤਾ ਸੀ ਵੀ ਮੈਨੂੰ ਇਹ ਜਿਹੜੇ ਲਾਈਨ ਖੜ੍ਹੀ ਆ ਐਡੇ ਵੱਡੇ ਵੱਡੇ ਪੁਲਿਸ ਅਫਸਰਾਂ ਦੀ, ਉਹਨਾਂ ਦੇ ਹੰਕਾਰ 'ਚ ਬੋਲ ਰਿਹਾ ਸੀਗਾ, ਨਹੀਂ ਤਾਂ ਇਹਦੀ ਇੰਨੀ ਹਿੰਮਤ ਨਹੀਂ ਵੀ ਸਾਡੇ ਕੋਲ ਆ ਕੇ ਇਸ ਤਰ੍ਹਾਂ ਦੇ ਸ਼ਬਦ ਬੋਲ ਜੇ। ਸਰਪੰਚ ਸਾਹਿਬ, 24 ਦਾ ਦੰਗਲ ਭੱਕ ਗਿਆ, ਕਿਸ ਕੈਂਡੀਡੇਟ ਨੂੰ ਤੁਸੀਂ ਲੱਗਦਾ ਵੀ ਸੰਗਰੂਰ ਦੇ ਵਿੱਚ ਬਾਜ਼ੀ ਮਾਰੂ? ਦੇਖੋ 24 ਦਾ ਜਿਹੜਾ ਇਹ ਇਲੈਕਸ਼ਨਾਂ ਦਾ ਆਗਾਜ਼ ਹੋ ਚੁੱਕਿਆ, ਇਹ ਜਿਹੜੀ ਇਲੈਕਸ਼ਨ ਆ ਇਹ ਲੜਾਈ ਸ਼ੁਰੂ ਹੋ ਚੁੱਕੀ ਆ। ਲੜਾਈ ਪੰਜਾਬ ਦੀ ਆਉਣ ਦੀ, ਪੰਜਾਬ ਦੀ ਸ਼ਾਨ ਦੀ, ਪੰਜਾਬ ਦੇ ਮਾਣ ਦੀ। ਆਉਣ ਵਾਲਾ ਸਮਾਂ ਦੱਸੂਗਾ ਵੀ ਪੰਜਾਬੀ, ਪੰਜਾਬੀ ਸਿੱਖ ਵੀ ਆ, ਪੰਜਾਬੀ ਹਿੰਦੂ ਵੀ ਆ, ਵੀ ਜਿਹੜਾ ਪੰਜਾਬ ਦਾ ਵਸਨੀਕ ਆ ਪੰਜਾਬੀ, ਉਹ ਗੁਰੂ ਸਾਹਿਬ ਬਣੀ ਉਹ ਜਿਹੜੀ ਸਾਨੂੰ ਆ ਪੱਗ ਬਖਸ਼ੀ ਆ, ਇਸ ਨੂੰ ਮਤਲਬ ਐਕਸੈਪਟ ਕਰਦਾ ਤਾਂ, ਜਾਂ ਜਿਹੜੀ ਟੋਪੀ ਧਾਰੀਆਂ ਨੇ ਸਾਨੂੰ ਇੱਕ ਟੋਪੀ ਦੇ ਦਿੱਤੀ ਜਿਹੜੀ ਦਿੱਲੀ ਦੇ ਕਰਿੰਦਿਆਂ ਨੇ, ਉਸ ਨੂੰ ਪਿਆਰ ਕਰਦਾ। ਇਹ ਆਉਣ ਵਾਲੀਆਂ ਇਲੈਕਸ਼ਨਾਂ ਇਹ ਦੱਸਣਗੀਆਂ। ਸਰਪੰਚ ਸਾਹਿਬ, ਹੁਣ ਤੁਸੀਂ ਖਹਿਰਾ ਇੱਕ ਸਭ ਪਾਸੇ ਨੇ ਕਾਂਗਰਸ ਦੇ, ਦੂਜੇ ਪਾਸੇ ਅਕਾਲੀ ਦਲ ਦੀਆਂ ਵੀ ਅੜਕਲਾਂ ਲੱਗੀਆਂ ਜਾ ਰਹੀਆਂ ਨੇ ਵੀ ਸ਼ਾਇਦ ਝੁੰਦਾ ਦੀ ਟਿਕਟ ਬਦਲ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਤੀ ਜਾਵੇ, ਪਰ ਵੱਡੇ ਢੀਂਡਸਾ ਸਾਹਿਬ ਨੇ ਅੱਜ ਜਵਾਬ ਦਿੱਤਾ ਵੀ ਅਸੀਂ ਕੁਝ ਇਲੈਕਸ਼ਨ ਨਹੀਂ ਲੜਾਂਗੇ। ਤੀਜੇ ਸਿਮਰਜੀਤ ਮਾਨ, ਭਾਜਪਾ ਨੇ ਅਜੇ ਕੋਈ ਕੈਂਡੀਡੇਟ ਨਹੀਂ ਉਤਾਰਿਆ, ਕਿਵੇਂ ਦੇਖਦੇ ਹੋ ਤੁਸੀਂ ਲੜਾਈ ਕਿਹਦੇ ਵਿੱਚ ਆ? ਤੁਸੀਂ ਖਹਿਰਾ ਸਾਹਿਬ ਬਾਰੇ ਗੱਲ ਕੀਤੀ ਆ, ਅਤੇ ਦੇਖੋ ਕਿਸੇ ਵੀ ਬੰਦੇ ਨੂੰ ਅੱਗੇ ਲਿਜਾਉਣ ਵਾਸਤੇ ਨਾ ਲੋਕਾਂ ਦਾ ਬੜਾ ਸਹਿਯੋਗ ਹੁੰਦਾ, ਟੀਮ ਵਰਕ ਦਾ ਬੜਾ ਸਹਿਯੋਗ ਹੁੰਦਾ। ਅੱਜ ਜੇ ਮੈਂ ਤੁਹਾਡੇ ਮੂਹਰੇ ਬੈਠਾਂ ਤਾਂ ਇਹ ਇੱਕੋ ਇੱਕ ਕਾਰਨ ਆ, ਮੇਰੇ ਪਿੰਡ ਦੇ ਵਾਸੀ, ਉਹਨਾਂ ਨੇ ਜਿਹੜਾ ਮੈਨੂੰ ਸਤਿਕਾਰ ਦਿੱਤਾ। ਉਸ ਤੋਂ ਵੱਡੀ ਸਪੋਰਟ ਆ, ਮੇਰੇ ਦੋ ਦੋਸਤ ਨੇ, ਇੱਕ ਤਲਵਿੰਦਰ ਸਿੰਘ ਸਰਾਂ ਕੈਨੇਡਾ ਵਿੱਚ ਰਹਿੰਦਾ, ਇੱਕ ਗੁਰਪ੍ਰੀਤ ਭਗਰੀ ਆ। ਸੋ ਉਹਨਾਂ ਨੇ ਮੈਨੂੰ ਇਸ ਕਦਰ ਹੁਣ ਤੱਕ ਉਹਨਾਂ ਨੇ ਸਪੋਰਟ ਦਿੱਤੀ ਆ, ਅੱਜ ਤੱਕ ਪੰਚਾਇਤੀ ਫੈਸਲੇ 'ਚ ਵੀ ਜੇ ਉਹਨਾਂ ਦੀ ਮੈਂ ਸਾਰੀ ਜਿਹੜੀ ਭੂਮਿਕਾ ਗਈ, ਉਹਨਾਂ ਦੇ ਵਿਚਾਰਾਂ ਨੂੰ ਮੈਂ ਨਾਲ ਲੈ ਕੇ ਚੱਲਿਆ, ਉਹਨਾਂ ਨੇ ਜਿਹੜੀ ਵੀ ਗੱਲ ਕਹੀ ਆ ਉਹ 'ਤੇ ਮੈਂ ਫੁੱਲ ਚੜ੍ਹਾਇਆ। ਸੋ ਖਹਿਰਾ ਸਾਹਿਬ ਨੇ ਤਾਂ ਮਾਲਵਾ ਜਿਹੜਾ ਸੰਗਰੂਰ ਆ ਇਹ ਯਾਰੀ ਪਗਾਉਣ ਜਾਣਦਾ, ਐਡੇ ਐਡੇ ਦੋਸਤ ਉਹਨਾਂ ਨੇ ਖੋ 'ਤੇ, ਖਹਿਰਾ ਸਾਹਿਬ ਨੇ ਪੱਲੇ ਕੀ ਰਹਿ ਜੂਗਾ? ਮੈਂ ਖੁਦ ਖਹਿਰਾ ਸਾਹਿਬ ਦੀ ਸਪੋਰਟ ਕਰਨੀ ਸੀ ਜੇ ਕਿਤੋਂ ਵੀ ਖੜ੍ਹਦੇ ਪੰਜਾਬ 'ਚੋਂ, ਠੀਕ ਆ, ਲੱਖੇ ਸਿਧਾਣੇ ਨੇ ਕਰਨੀ ਸੀ, ਭਾਨੇ ਸਿੱਧੂ ਨੇ ਕਰਨੀ ਸੀ, ਝੋਟੇ ਨੇ ਕਰਨੀ ਸੀ। ਸੋ ਖਹਿਰਾ ਸਾਹਿਬ ਬਹੁਤ ਵੱਡੀ ਇਹਨਾਂ ਨੂੰ ਕੀਮਤ ਚੁਕਾਉਣੀ ਪੈਣੀ ਆ। ਸੋ ਇੱਥੇ ਜਿਹੜੇ ਆਏ ਆ ਇਹ ਰਾਹ ਸੌਖੇ ਨਹੀਂ ਗੇ। ਦੇਖੋ ਇੱਥੇ ਲੋਕ ਪਹਿਲਾਂ ਹੀ ਮਨਾਂ 'ਚ ਸਿਮਰਜੀਤ ਸਿੰਘ ਮਾਨ ਨੂੰ ਚੁਣ ਚੁੱਕੇ ਨੇ। ਸੋ ਜਿਹੜੀ ਫਾਈਟ ਆ ਨੈੱਕ ਟੂ ਨੈੱਕ ਜਿਹੜੀ ਫਾਈਟ ਆ, ਹੁਣ ਇਹ ਟ੍ਰਾਇੰਗਲ ਮੁਕਾਬਲਾ ਬਣਾਤਾ। ਦੇਖੋ ਆਮ ਆਦਮੀ ਤਾਂ ਕਿਤੇ ਦੇਖੀ ਨਹੀਂ ਰਹੀ ਪਿੰਡਾਂ 'ਚ ਅੱਜ, ਠੀਕ ਆ, ਅਤੇ ਵਿਨਿੰਗ ਸੀਗੇ ਇੱਥੋਂ, 100% ਵਿਨਿੰਗ ਸੀ ਸਰਦਾਰ ਸਿਮਰਜੀਤ ਸਿੰਘ ਮਾਨ, ਉੱਥੇ ਖਹਿਰੇ ਦੀ ਐਂਟਰੀ ਹੋਈ ਆ। ਸੋ ਖਹਿਰਾ ਜਿੱਤ ਜੇ ਚਾਹੇ ਆਮ ਆਦਮੀ ਜਿੱਤ ਜੇ, ਗੱਲ ਇੱਕੋ ਹੀ ਹੈ, ਇਹ ਸਿੱਕੇ ਦੇ ਦੋ ਪਹਿਲੂ ਨੇ ਇਹ, ਠੀਕ ਆ। ਦਿੱਲੀ ਜਾ ਕੇ ਇਹਨਾਂ ਨੇ ਇੱਕ ਹੋ ਜਾਣਾ,
ਕਿਉਂਕਿ ਇੰਡੀਅਨ ਅਲਾਇੰਸ ਇਹਨਾਂ ਦਾ ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਸਾਡਿਆਂ ਨੂੰ ਪਿੰਡਾਂ 'ਚ ਠੱਗ ਰਹੇ ਨੇ, ਇੰਡੀਅਨ ਅਲਾਇੰਸ ਦੇ ਬਣਾ ਤਾ ਉੱਥੇ, ਠੀਕ ਹੈ, ਸਟੇਜਾਂ ਸਾਂਝੀਆਂ ਕਰ ਰਹੇ ਆ, ਇੱਥੇ ਅੱਖੀ ਘੱਟਾ ਪਾ ਰਿਹਾ ਵੀ ਸਾਡਾ ਕੋਈ ਉਹਨਾਂ ਨਾਲ ਅਲਾਇੰਸ ਨਹੀਂ। ਤੁਸੀਂ ਦੱਸੋ ਹੁਣ, ਚਾਹੇ ਇੱਥੇ ਮੀਤਹਿਰ ਜਿੱਦਾਂ ਚਾਹੇ ਖਹਿਰਾ ਜਿੱਦਾਂ, ਫਰਕ ਕੀ ਹੈ? ਦੋਨਾਂ ਨੇ ਇੱਕ ਪਾਸੇ ਜਾਣਾ। ਸੋ ਇਹ ਲੋਕ ਜਾਣ ਚੁੱਕੇ ਨੇ। ਅੱਜ ਵੱਡੀ ਇੱਥੇ ਜਿਹੜੀ ਆ ਨਾ ਲੋਕ ਸ਼ਕਤੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵਿਚਾਰਾਂ ਨਾਲ ਜੁੜ ਚੁੱਕੀ ਹੈ, ਦੇਰ ਆਏ ਦਰੁਸਤ ਆਏ। ਅਸੀਂ ਵੀ ਇਹਨਾਂ ਮਗਰ ਸੀਗੇ, ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇੱਕ ਜੋ ਮਿਹਣਾ ਮਾਰਿਆ ਸੀ ਨੌਜਵਾਨਾਂ ਨੂੰ, ਕੌਮ ਨੂੰ, ਵੀ ਮੇਰੇ ਆਪਣੇ ਮੈਨੂੰ ਹਰਾ ਦਿੰਦੇ ਆ, ਉਸ ਦਿਨ ਇੱਥੇ ਵੱਜਿਆ ਸੀ ਸਾਡੇ ਇਹ ਮਿਹਣਾ। ਉਸ ਦਿਨ ਤੋਂ ਸਭ ਕੁਛ ਭੁਲਾ ਕੇ ਇਹਨਾਂ ਮਗਰ ਤੁਰੇ ਵੀ ਹਾਂ। ਨਾ ਤਾਂ ਕਿ ਇਹਨਾਂ ਦੇ ਪਾਰਟੀ ਦੇ ਅਹੁਦੇਦਾਰ ਆ, ਨਾ ਕੋਈ ਅਹੁਦਾ ਮੰਗਦੇ ਹਾਂ, ਬਸ ਆਪਦੇ ਜਿਹੜਾ ਸਿੱਖ ਜਿਹੜਾ ਕਮਜ਼ੋਰ ਹੋ ਗਿਆ। ਤੁਸੀਂ ਦੱਸੋ, 13 ਸੀਟਾਂ ਰਹਿੰਗੀਆਂ ਪੰਜਾਬ ਦੀਆਂ, 13 ਨਾ ਤਾਂ ਕੋਈ ਸਰਕਾਰ ਬਣਾ ਸਕਣ ਨਾ ਢਾ ਸਕਣ, 13 ਚੋਂ ਪੰਜਾਬ ਦੀ ਗੱਲ ਕਰਨ ਵਾਲਾ ਕੌਣ? ਇੱਕ ਤਾਂ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ, ਮੇਰੇ ਵਰਗੇ 'ਤੇ ਜਦੋਂ ਪਰਚਾ ਆਉਂਦਾ ਲੱਖੇ ਸਿਧਾਣੇ 'ਤੇ, ਅਤੇ ਸਾਡੀ ਗੱਲ ਕਰਨ ਵਾਲਾ ਕੌਣ? ਸਰਦਾਰ ਸਿਮਰਜੀਤ ਸਿੰਘ ਮਾਨ ਸਾਡੇ ਸਿਰ 'ਤੇ, ਉਹ ਹੱਥ ਹਨ, ਉਹ ਹੱਥ ਨੂੰ ਇਹ ਪਾਸੇ ਕਰਨਾ ਚਾਹੁੰਦੇ ਆ। ਇਹ ਸਾਰਿਆਂ ਦਾ ਇੱਕ ਮਕਸਦ ਆ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, BJP ਹੋਵੇ, ਆਮ ਆਦਮੀ ਪਾਰਟੀ ਹੋਵੇ, ਸਿਮਰਜੀਤ ਸਿੰਘ ਮਾਨ ਦੇ ਮਗਰ ਲੱਗੀ ਆ, ਪਰ ਲੋਕ ਪਹਿਚਾਣ ਚੁੱਕੇ। ਦੂਸਰੀ ਗੱਲ, ਤੁਸੀਂ ਢੀਂਡਸਾ ਸਾਹਿਬ ਉਹਨਾਂ ਦੀ ਗੱਲ ਕੀਤੀ, ਢੀਂਡਸਾ ਸਾਹਿਬ ਤਾਂ ਆਪ ਹੀ ਭੱਜ ਗਏ ਇਲੈਕਸ਼ਨ ਤੋਂ, ਉਹਨਾਂ ਨੇ ਸੀਟ ਛੱਡੀ ਆ, ਉਹਨਾਂ ਦੀ ਕੋਈ ਟਿਕਟ ਕੱਟੀ ਨਹੀਂ। ਉਹ ਦੇਖ ਰਹੇ ਸੀ ਵੀ BJP ਨਾਲ ਜੇ ਗੱਠਜੋੜ ਹੋ ਜਾਵੇ ਤਾਂ ਮੇਰੇ ਰਾਹ ਸੌਖੇ ਹੋ ਜਾਣ। ਉਹ BJP ਨਾਲ ਗੱਠਜੋੜ ਉਹਨਾਂ ਦਾ ਹੋਇਆ ਨਹੀਂ, ਹੁਣ ਉਹ ਬਲੇਮ ਗੇਮ 'ਤੇ ਆ ਗਏ ਨੇ, ਕਿਉਂਕਿ ਉਹਨਾਂ ਨੇ ਆਪਦੀ ਰਾਜਨੀਤੀ ਤਾਂ ਕਾਇਮ ਰੱਖਣੀ ਆ ਨਾ ਲੋਕਾਂ 'ਚ। ਲੋਕ ਕਹਿਣਗੇ ਵੀ ਇਲੈਕਸ਼ਨ ਲੜਨ ਤੋਂ ਭੱਜ ਗਿਆ, ਪਰ ਉਹ ਆਪਣੇ ਆਪ ਨੂੰ ਸਾਬਤ ਕਰ ਰਹੇ, ਮੈਨੂੰ ਟਿਕਟ ਨਹੀਂ ਦਿੱਤੀ, ਇਹੋ ਜਿਹੀ ਕੋਈ ਗੱਲ ਨਹੀਂ ਆ। ਤੀਸਰਾ ਮੀਤਹਿਰ, ਅਤੇ ਆਮ ਆਦਮੀ ਤਾਂ ਜਿਸ ਤਰ੍ਹਾਂ ਉਭਾਰ ਹੋਇਆ ਸੀ ਉਸੇ ਤਰ੍ਹਾਂ ਇਹਨਾਂ ਦਾ ਪਤਨ ਹੋ ਗਿਆ, ਅਤੇ ਸਾਡੇ ਮਨਾਂ 'ਚ ਸੀਗਾ ਵੀ ਜਿਸ ਤਰ੍ਹਾਂ ਉਭਾਰ ਹੋਇਆ ਕਿਸੇ ਵੀ ਚੀਜ਼ ਦਾ ਪਤਨ ਹੋਣ ਨੂੰ ਮਾੜਾ ਜਿਹਾ ਟਾਈਮ ਲੱਗਦਾ, ਪਰ ਇਹਨਾਂ ਦਾ ਜਿਸ ਤਰ੍ਹਾਂ ਉਭਾਰ ਹੋਇਆ ਸੀ ਉਸੇ ਤਰ੍ਹਾਂ ਇਹ ਖਤਮ ਹੋਣਗੇ। ਅਤੇ 13 ਜਿਹੜਾ ਭਗਵੰਤ ਮਾਨ ਅੱਜ ਸਾਨੂੰ ਚੜਾ ਰਿਹਾ ਪੰਜਾਬ ਨੂੰ, ਜਿੱਥੇ ਸਾਰੇ ਤਰਫ ਇਹਨਾਂ ਦੇ ਨਲਾਇਕ ਰਾਜ ਪ੍ਰਬੰਧ ਤੋਂ ਲੋਕ ਦੁਖੀ ਨੇ, ਉੱਥੇ ਉਹ ਦੰਦੀਆਂ ਚੜਾਉਂਦਾ ਸਾਨੂੰ ਵੀ ਮੈਂ 13-0 ਨਾਲ ਜਿੱਤੂੰਗਾ, ਅਤੇ ਲੋਕ ਜਵਾਬ ਦੇਣਗੇ। ਲੋਕ ਰਾਜ ਦਾ ਜਿਹੜਾ ਰਾਬਾ ਲੋਕ ਨੇ 0-13 ਕਰਨ ਜਾ ਰਹੇ ਨੇ। ਸਰਪੰਚ ਸਾਹਿਬ ਕਿਵੇਂ ਦੇਖਦੇ ਹੋ? ਖਹਿਰਾ ਸਾਹਿਬ ਪ੍ਰਚਾਰ ਕਰਦੇ ਨੇ ਵੀ ਜੇ ਭਾਜਪਾ ਨੂੰ ਵੋਟ ਪਾਈ ਉਹ ਮੋਦੀ ਨਹੀਂ ਜਾਊ, ਜੇ ਅਕਾਲੀ ਦਲ ਨੂੰ ਪਾਈ ਉਹ ਮੋਦੀ ਨਹੀਂ ਜਾਊ। ਇੱਕ ਪਾਸੇ ਖਹਿਰਾ ਸਾਹਿਬ ਅਤੇ ਮੀਤਹਿਰ, ਉਹ ਵੀ ਇੰਡੀਆ ਗੱਠਜੋੜ, ਮੈਂ ਕਹਿੰਦੇ ਇੰਡੀਆ ਵਾਸਤੇ ਲੜ ਰਿਹਾ, ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਨਹੀਂ, ਇੰਡੀਆ ਵਾਸਤੇ ਤਾਂ ਪੰਜਾਬੀ ਲੜਿਆ ਹੁਣ ਤੱਕ, ਇੰਡੀਆ ਨੂੰ ਆਜ਼ਾਦੀ ਪੰਜਾਬੀ ਨੇ ਦਵਾਈ ਆ, ਅਤੇ ਹੁਣ ਤਾਂ ਅਸੀਂ ਸੰਗਰੂਰ ਦੇ ਮਾਲਵੇ ਤੋਂ ਇੱਥੋਂ ਸਿਆਸਤ ਸ਼ੁਰੂ ਹੁੰਦੀ ਆ ਪੰਜਾਬ ਦੀ, ਸੰਗਰੂਰ ਦੀ ਸੀਟ ਤੋਂ ਬੜੀ ਹੌਟ ਸੀਟ ਆ। ਸੋ ਇੱਥੇ ਜਿਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਨੇ ਕੰਮ ਕੀਤੇ ਨੇ, ਅਤੇ ਗ੍ਰਾਂਟਾਂ ਤੋਂ ਲੈ ਕੇ 1.25 ਸਾਲ ਅਸੀਂ ਦਿੱਤਾ, ਅਸੀਂ ਯਾਦ ਕਰਦੇ ਹਾਂ ਭਾਈ ਦੀਪ ਸਿੱਧੂ ਨੂੰ, ਅਸੀਂ ਯਾਦ ਕਰਦੇ ਹਾਂ ਭਾਈ ਸੁਖਦੀਪ ਸਿੰਘ ਮੂਸੇਵਾਲਾ ਨੂੰ, ਉਹ ਇਹਨਾਂ ਦੇ ਹੱਕ 'ਚ ਆਏ ਸੀ ਨਾ। ਸੋ 1.25 ਸਾਲ ਬਾਅਦ ਕੀ ਸਾਡੇ ਨੌਜਵਾਨ ਇਹ ਚੀਜ਼ਾਂ ਭੁੱਲ ਗਏ ਵੀ ਜਿਹੜੇ ਉਹ ਅਪੀਲ ਕਰਦੇ ਸੀ, ਭਾਈ ਦੀਪ ਸਿੱਧੂ ਅਪੀਲ ਕਰਦਾ ਸੀ, ਸਿੱਧੂ ਮੂਸੇਵਾਲਾ ਅਪੀਲ ਕਰਦਾ ਸੀ, ਅੱਜ ਕੀ ਮਾਨ ਸਾਹਿਬ ਉਸ ਅਪੀਲ ਨੂੰ ਅੱਜ ਵੀ ਦਰਕਨਾਰ ਕਰਦੇ ਉਹਨਾਂ ਦੀ ਅਪੀਲ ਨੂੰ? ਸੋ ਉਹਨਾਂ ਦੀਆਂ ਸ਼ਹਾਦਤਾਂ, ਹੋਰ ਜਿੰਨੇ ਸਿੱਖਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਸਮੁੱਚੇ ਵਰਲਡ ਲੈਵਲ 'ਤੇ, ਇੰਡੀਅਨ ਸਟੇਟ ਸਾਡੇ ਨੌਜਵਾਨੀ ਮਗਰ ਲੱਗੀ ਵੀ ਆ, ਪਰ ਅਸੀਂ ਇਹ ਜਿਹੜੇ ਕੰਡਿਆਂ ਭਰੇ ਰਾਹ ਚੁਣੇ ਨੇ ਅਤੇ ਇਹ ਵੀਰ ਜੀ ਚੱਲਦੇ ਰਹਾਂਗੇ, ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਹਰ ਹਿੱਲੇ ਦੇਣਾ ਸਮੇਂ ਦੀ ਮੌਜੂਦਾ ਜ਼ਰੂਰਤ ਹੈ। ਤੁਸੀਂ ਕਿਹਾ ਇੱਕ ਗੱਲ ਵੀ ਜਦੋਂ ਮੈਨੂੰ ਲੋੜ ਤੀ ਤਾਂ ਸਿਮਰਜੀਤ ਸਿੰਘ ਮਾਨ ਖੜ੍ਹੇ, ਜਦੋਂ ਲੱਖੇ ਸਿਧਾਣੇ ਲੋੜ ਤੀ ਸਿਮਰਜੀਤ ਸਿੰਘ ਮਾਨ ਖੜ੍ਹੇ, ਭਾਨੇ ਸਿੱਧੂ ਪਿੱਛੇ, ਝੋਟੇ ਪਿੱਛੇ, ਹੁਣ ਉਹ ਵੀ ਸਪੋਰਟ ਕਰ ਰਹੇ ਨੇ ਸਾਰੇ ਇੱਕ ਤਾਂ, ਕਿਉਂਕਿ ਮੈਂ ਤਲਵਾੜੇ ਦਾ ਇੱਕ ਬਿਆਨ ਸੁਣਿਆ ਸੀ ਜਿਹੜੇ ਕਹਿ ਰਹੇ ਨੇ ਵੀ ਖਹਿਰੇ ਨੂੰ ਮੂੰਹ ਦੀ ਖਾਣੀ ਪਊਗੀ,
ਉਰੇ ਤਾਂ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਜਿੱਤਾਂਗੇ। ਬਿਲਕੁਲ ਬਿਲਕੁਲ, ਵਨ ਸਾਈਡਡ ਹੋਣ ਜਾ ਰਿਹਾ ਮੁਕਾਬਲਾ। ਵਨ ਐਂਡ ਓਨਲੀ ਸਰਦਾਰ ਸਿਮਰਜੀਤ ਸਿੰਘ ਮਾਨ ਇੱਥੇ ਟਿਕਣਗੇ ਅਤੇ ਵੱਡੇ ਲੀਡ ਨਾਲ ਜਿੱਤਣਗੇ। ਦੇਖੋ, ਚਾਹੇ ਝੋਟਾ ਹੋਵੇ, ਭਾਣਾ ਸਿੱਧੂ ਹੋਵੇ, ਲੱਖਾ ਹੋਵੇ, ਚਾਹੇ ਸੀਰਾ ਢਿੱਲੋਂ ਹੋਵੇ, ਜਿਹੜਾ ਢਿੱਲੋਂ ਮੁੰਡਾ ਹੈਗਾ ਨਸ਼ਿਆਂ ਖਿਲਾਫ ਲੜਿਆ, ਚਾਹੇ ਮੈਂ ਹੋਇਆ, ਅਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਆ, ਅਸੀਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ ਅਤੇ ਸਾਡਾ ਲੋਕ ਸਾਥ ਵੀ ਦੇ ਰਹੇ ਆ। ਫਿਰ ਅਸੀਂ ਪੰਜੇ ਜਾਣੇ ਸਿਮਰਜੀਤ ਸਿੰਘ ਮਾਨ ਮਗਰ ਤੁਰੇ ਪਏ ਹਾਂ, ਅਤੇ ਉਹ ਲੋਕ ਥੋੜ੍ਹੀ ਅੱਜ ਸੱਠ ਦਰਕਿਨਾਰ ਹੋ ਜਾਣਗੇ ਵੀ ਇਹ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰ ਰਿਹਾ, ਤੁਹਾਡੀ ਵੀ ਗੱਲ ਕਰਦੇ ਆ, ਲੜਾਈਆਂ ਵੀ ਲੜਦੇ ਹਾਂ, ਅਸੀਂ ਕਿਉਂ ਸਿਮਰਜੀਤ ਸਿੰਘ ਮਾਨ ਮਾਨ ਤੁਰੇ ਹਾਂ? ਸਾਨੂੰ ਕੁਛ ਦਿਖ ਰਿਹਾ ਨਾ ਵੀ ਸਾਡੀ ਕੌਮ ਤਾਂ ਕਮਜ਼ੋਰ ਕਰਤੀ ਇਹਨਾਂ ਨੇ। ਠੀਕ ਹੈ, ਸਾਡੇ ਭਾਈ ਅੰਮ੍ਰਿਤਪਾਲ ਸਿੰਘ ਅੰਦਰ ਹੋਇਆ, ਡਿਬਰੂਗੜ੍ਹ ਭੇਜਿਆ, ਇੱਕ ਸੁਰ 'ਚ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅੰਦਰ ਕਰਾਉਣ 'ਚ ਸੀ। ਅਕਾਲੀ ਦਲ ਨੇ ਮੰਗ ਕੀਤੀ, ਬੀਜੇਪੀ ਨੇ ਮੰਗ ਕੀਤੀ, ਆਮ ਆਦਮੀ ਨੇ ਤਾਂ ਅੰਦਰ ਹੀ ਕੀਤਾ। ਠੀਕ ਆ, ਕਾਂਗਰਸ ਨੇ ਮੰਗ ਕੀਤੀ ਵੀ ਇਹਨੂੰ ਅੰਦਰ ਕਿਉਂ ਨਹੀਂ ਕਰ ਰਹੇ? ਅੱਜ ਤਾਂ ਸਟੇਜ 'ਤੇ ਖੜ੍ਹ ਕੇ ਕਾਂਗਰਸ ਇਹ ਕਹਿਣ ਵੀ ਡਿਬਰੂਗੜ੍ਹ ਦੇ ਨਾਂ 'ਤੇ ਵੋਟਾਂ ਮੰਗਣ, ਭਾਈ ਅੰਮ੍ਰਿਤਪਾਲ ਦੇ ਨਾਂ 'ਤੇ ਵੋਟਾਂ ਮੰਗਣ, ਮੈਂ ਕਹਿੰਦਾ ਸ਼ੇਮ ਸ਼ੇਮ, ਤੁਹਾਡਾ ਇਹ ਕਿਰਦਾਰ ਨਹੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਰੱਖ ਕੇ ਤੁਸੀਂ ਵੋਟਾਂ ਮੰਗੋ। ਅਸੀਂ ਲੜੀ ਆ ਉਹਨਾਂ ਦੀ ਲੜਾਈ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਲੜੀ ਹੈ, ਅਤੇ ਉਹ ਲੜਾਈ ਅੱਗੇ ਵਧੂਗੀ। ਅਤੇ ਤੁਸੀਂ ਇਹ ਸੁਣਿਆ ਹੋਣਾ ਬਾਈ, ਇਹ ਤਾਂ ਸਾਨੂੰ ਰਾਜਨੀਤਿਕ ਕਾਰਨਾਂ ਕਰਕੇ ਨਾ, ਜਿਹੜਾ ਸਾਡਾ ਰਾਜ ਸੀਗਾ, ਰਾਜ ਸਾਡਾ ਕਾਬਲ ਕੰਧਾਰ ਤੱਕ ਸੀਗਾ, ਰਾਜ ਸਾਡਾ ਸੀਗਾ ਲੇਹ ਲੱਦਾਖ ਤੱਕ, ਰਾਜ ਸਾਡਾ ਸੀਗਾ ਸਾਰਾ ਲਾਲ ਕਿਲੇ ਤੱਕ ਖਾਲਸੇ ਦਾ ਝੰਡਾ ਝੂਲਦਾ ਸੀ। ਸੋ ਸਮੇਂ ਦੀਆਂ ਸਰਕਾਰਾਂ ਨੇ ਮਾਰਿਆ ਕਿਵੇਂ ਸਾਨੂੰ? ਅੱਜ ਹਥਿਆਰਾਂ ਦੀ ਗੱਲ ਪਾਸੇ ਹੋ ਗਈ, ਵਿਚਾਰਾਂ ਦੀ ਗੱਲ, ਸਾਡੇ ਵਿਚਾਰ ਕਿਵੇਂ ਮਾਰੇ? ਵਿਚਾਰ ਅਸੀਂ ਵੋਟਰਾਂ ਹੀ ਅੱਗੇ ਕਰਨੇ ਸੀ ਨਾ। ਲਹਿੰਦਾ ਪੰਜਾਬ ਵੰਡ ਤਾਂ ਸਾਰਾ ਸਿੱਖ ਸ਼ਕਤੀ ਘਟਾਈ ਗਈ ਹੈ, ਅਤੇ ਸਾਡੀ ਵੋਟ ਦੀ ਸ਼ਕਤੀ ਕਿੰਨੀ ਰਹਿ ਗਈ? 13 'ਚੋਂ ਸਾਡਾ ਇੱਕ ਵਾਸਤੇ ਅਸੀਂ ਲੜੀਏ? ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਹਿੰਦੇ ਆ ਵੀ ਬਜ਼ੁਰਗ ਹੋ ਗਏ, ਬਜ਼ੁਰਗ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਨੂੰ ਲੋੜ ਪਈ, ਹਜੇ ਮੈਂ ਆਪਦੇ ਆਪ ਨੂੰ ਸੰਭਾਲ ਰਿਹਾ ਗੋਗੋਏ ਦੇ ਖਿਲਾਫ਼, ਅਤੇ ਦੂਸਰੇ ਦਿਨ ਪੋਹ ਮਾਗ ਦੇ ਮਹੀਲੇ ਉਹ ਸਹਿਣੇ ਸੀਗੇ, ਜਿਹਨੂੰ ਸਾਥੋਂ ਤਾਂ ਅੱਗੇ ਤੁਰ ਰਹੇ ਆ, ਫਿਰ ਹੁਣ ਉਹ ਬਜ਼ੁਰਗ ਕਿਵੇਂ ਹੋ ਗਏ? ਉਹ ਤਾਂ ਸਾਥੋਂ ਵੀ ਨੌਜਵਾਨ ਆ। ਤੋ ਲੋਕ ਪਹਿਚਾਣ ਰਹੇ ਆ, ਅੱਜ ਪਿੰਡਾਂ ਦੇ ਲੋਕ ਪਹਿਚਾਣ ਰਹੇ ਆ ਵੀ ਜਿਹੜਾ ਖਾਲਸਾ ਗਾ, ਗੁਰੂ ਸਾਹਿਬ ਨੇ ਸਾਨੂੰ ਸਿੰਘ ਸਾਜਿਆ ਮਜ਼ਲੂਮਾਂ ਦੀ ਰੱਖਿਆ ਖਾਤਰ ਸਾਜਿਆ। ਔਰੰਗਜ਼ੇਬ ਜਦ ਹਿੰਦੂ ਭਰਾਵਾਂ ਦੇ ਸਵਾ ਮਣ ਜਨੇਊ ਲਾ ਕੇ ਪ੍ਰਸ਼ਾਦਾ ਪਾਣੀ ਛਕਦਾ ਹੁੰਦਾ ਸੀ, ਉਦੋਂ ਸਾਡੇ ਗੁਰੂਆਂ ਨੇ ਚਾਂਦਨੀ ਚੌਕ 'ਤੇ ਜਾ ਕੇ ਸ਼ਹੀਦੀਆਂ ਦਿੱਤੀਆਂ। ਸੋ ਇਹ ਕੌਮ ਅਸੀਂ ਕੀ ਹਿੰਦੂ ਦੀ ਰੱਖਿਆ ਨਹੀਂ ਕਰਨੀ? ਅਸੀਂ ਹਿੰਦੂਆਂ 'ਤੇ ਕੋਈ ਆਚ ਨਹੀਂ ਆਉਣ ਦਿੰਦੇ ਪੰਜਾਬ ਦੇ, ਅੱਜ ਅੱਗੇ ਖੜਾਂਗੇ। ਤੋ ਅੱਜ ਹਿੰਦੂ ਭਰਾ ਨੂੰ ਵੀ ਜੋੜਿਆ ਮਾਨ ਸਾਹਿਬ ਨੇ ਨਾਲ, ਮੁਸਲਮਾਨ ਨੂੰ ਵੀ ਜੋੜਿਆ, ਸਿੱਖ ਵੀ ਨਾਲ ਨੇ। ਅਤੇ ਪੰਜਾਬ ਦੀ ਗੱਲ ਕਰਨ ਵਾਲਾ ਸਾਡੇ ਕੋਲ ਕੋਈ ਇਸ ਕਿਰਦਾਰ ਦਾ ਬੰਦਾ ਨਹੀਂ ਸੀਗਾ, ਉੱਚਾ ਸੁੱਚਾ ਕਿਰਦਾਰ ਆ। ਦੇਖੋ, ਜਦੋਂ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਤਾਂ ਸਿੱਧਾ ਹੀ ਮੁੱਖ ਮੰਤਰੀ ਬਣਦੇ ਸੀ ਪੰਜਾਬ ਦੇ, ਜਿਹੜਾ 99 'ਚ ਇਹਨਾਂ ਦੀ ਵਿਨ ਹੋਈ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ। ਅੱਜ ਮੈਂ ਕਿਤੇ ਪੜ੍ਹ ਰਿਹਾ ਸੀ 3,89,000 ਵੋਟਾਂ ਦਾ ਫਰਕ ਸੀ, ਇਹ ਤਾਂ ਆਪਣੇ ਆਪ 'ਚ ਰਿਕਾਰਡ ਹੈ। ਸੋ ਉਹ ਆਗੂ ਉਦੋਂ ਦਾ ਤੁਰਿਆ ਆਉਂਦਾ, ਇੱਕ ਲੀਹ 'ਤੇ 40 ਸਾਲ ਹੋ ਗਏ, ਕੋਈ ਲਾਲਚ ਨਹੀਂ ਉਹਨੂੰ ਹਿਲਾ ਸਕਿਆ, ਕੋਈ ਆਏ ਨਹੀਂ ਵੀ ਰਾਘਵ ਚੱਡੇ ਵਾਂਗੂ ਅੱਜ 500 ਕਰੋੜ ਲੈ ਕੇ 1,000 ਕਰੋੜ ਲੈ ਕੇ ਇੰਗਲੈਂਡ ਇਲਾਜ ਕਰਾਉਣ ਦੇ ਬਹਾਨੇ ਭੱਜ ਗਿਆ। ਸਾਡੇ ਲੋਕਾਂ 'ਚ ਬੈਠਾ ਨਾ, ਹਾਲਾਂਕਿ ਉਹਨੂੰ ਬਾਹਰ ਜਾਣਾ ਬੈਨ ਆ, ਇੰਡੀਅਨ ਸਰਕਾਰ ਮੰਨੀ ਉਹ ਸ਼ਾਇਦ ਬੈਨ ਹੋਊਗਾ, ਕਿਤੇ ਜਾ ਨਹੀਂ ਸਕਦਾ। ਜੇਲ੍ਹਾਂ ਤਸੱਦਦ ਕੀ ਨਹੀਂ ਝੱਲਿਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ? ਕੋਈ ਆਗੂ ਹੈਗਾ ਜਿਹੜਾ 2 ਮਹੀਨੇ ਲਾਉਂਦੇ ਆ? ਕੇਜਰੀਵਾਲ ਦਾ ਬੂਥੀ ਦੇਖਿਓ ਜਦੋਂ ਬਾਹਰ ਆਇਆ, ਕਿਹੋ ਜਿਹੀ ਹੋ ਜੂਗੀ? ਇਸ ਵੱਡੇ ਕਿਰਦਾਰ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਇਹੀ ਨੌਜਵਾਨਾਂ ਨੂੰ ਆਕਰਸ਼ਿਤ ਕਰਦੇ ਆ ਵੀ ਅਸੀਂ ਆਪਣੇ ਇਸ ਮਹਾਨ ਜਿਹੜਾ ਕੌਮ ਦਾ ਲੀਡਰ ਆ ਉਸਦਾ ਸਾਥ ਦੇਈਏ। ਇੱਕ ਲਾਸਟ ਕੁਐਸਚਨ ਕਰਦਾ ਜੀ, ਜਦੋਂ ਤੁਹਾਡੇ ਨਾਲ ਭਾਣਾ ਵਾਪਰਿਆ, ਸਿਮਰਜੀਤ ਮਾਨ ਆ ਕੇ ਖੜ੍ਹ ਗਿਆ,
ਉਦੋਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀ ਮੇਰੇ ਖਿਆਲ 'ਚ? ਨਹੀਂ ਨਹੀਂ, ਇਹੀ ਦਰੁਸਤ ਕਰਨ ਦੀ ਲੋੜ ਆ। ਦੇਖੋ ਮੈਂ ਇਲੈਕਸ਼ਨ ਲੜਿਆ, ਜਦੋਂ ਮੈਂ ਰਾਜਨੀਤੀ 'ਚ ਆਇਆ ਨਾ, ਬਾਦਲ ਦਲ ਦਾ ਬੜਾ ਪ੍ਰਭਾਵ ਸੀਗਾ, 10 ਸਾਲ ਉਹਨਾਂ ਦੀ ਸਰਕਾਰ ਸੀ, ਉਦੋਂ ਮਾੜੀ ਧਿਰ ਕਮਜ਼ੋਰ ਪੰਜਾਬੀਆਂ ਦੀ ਤਸੀਰ ਹੈ, ਸਿੱਖਾਂ ਦੀ ਤਸੀਰ ਆ, ਮੇਰੀ ਵੀ ਉਹੀ ਤਸੀਰ ਆ ਵੀ ਮਾੜੇ ਨਾਲ ਖੜਨਾ, ਅਤੇ ਮਾੜੀ ਧਿਰ ਉਦੋਂ ਕਾਂਗਰਸ ਸੀ, ਉਹਦਾ ਸਾਥ ਦੇ ਕੇ ਮੈਂ ਉਹਨਾਂ ਦਾ ਆਵਾਜ਼ ਬੁਲੰਦ ਕੀਤੀ ਆਪਦੇ ਪਿੰਡਾਂ ਦੀ, ਕਿਉਂ ਵਿਰੋਧੀ ਧਿਰ ਸੀ, ਪਰ ਮੈਂ ਇਹਨਾਂ ਦਾ ਕਾਂਗਰਸ ਦਾ ਅੱਜ ਤੱਕ ਕੋਈ ਅਹੁਦਾ ਲਿਆ ਕੋਈ ਸਾਬਤ ਕਰਦੇ ਨਾ, ਕੋਈ ਮੈਂਬਰਸ਼ਿਪ ਲਈ ਆ। ਉਸੇ ਤਰ੍ਹਾਂ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਅਤੇ ਆਪਦੇ ਪਿੰਡਾਂ ਦੇ ਹੱਕਾਂ ਵਾਸਤੇ ਉਹਦੇ ਖਿਲਾਫ ਖੜ ਗਿਆ, ਧਰਨੇ ਮੁਜ਼ਾਹਰੇ, ਉਹ ਕਾਂਗਰਸ ਦੇ ਰਾਜ 'ਚ ਮੇਰੇ 'ਚ ਪਰਚੇ ਹੋਏ ਸਰਪੰਚ ਬਣਨ ਤੋਂ ਬਾਅਦ ਵੀ ਇਹ ਪ੍ਰੋਟੈਸਟ ਕਰ ਰਿਹਾ, ਇਹ ਭਗਵੰਤ ਮਾਨ ਦਾ ਸਨਮਾਨ ਕਰ ਰਿਹਾ। ਅਤੇ ਮੇਰਾ ਇੱਕ ਸੀਗਾ ਚੋਣ ਮੈਨੀਫੈਸਟੋ ਸੀਗੀ ਵੀ ਇਲੈਕਟਡ ਬੋਡੀ ਜਿਹੜੀ ਪਿੰਡ 'ਚ ਆਊਗੀ ਉਸਦੇ ਆਦਰ ਸਤਿਕਾਰ ਵਾਸਤੇ ਮੈਂ ਖੜ੍ਹਾ ਰਹਾਂ। ਇੱਕ ਵੱਡੀ ਸੋਚ ਪੈਦਾ ਕਰਨਾ ਚਾਹੁੰਦੇ ਸੀ ਵੀ ਲੋਕਾਂ ਨੇ ਜਿਹੜੇ ਲੋਕ ਚੁਣੇ ਨੇ ਉਸ ਦੇ ਆਦਰ ਸਰਕਾਰ ਸਤਿਕਾਰ 'ਚ ਪਿੰਡ ਜਦੋਂ ਆਉਣ ਸਰਪੰਚ ਖੜ੍ਹਾ ਹੋਵੇ। ਸੋ ਇਹ ਸੀਗੀ ਮੇਰੀ ਸੋਚ। ਅੱਜ ਵੀ ਮੈਂ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸਪੋਰਟ ਕਰ ਰਿਹਾ, ਇਹਨਾਂ ਨੇ ਵੀ ਮੈਨੂੰ ਅਹੁਦੇ ਦੀ ਪੇਸ਼ਕਸ਼ ਕੀਤੀ ਆ ਅਤੇ ਮੈਂ ਇਹੀ ਕਿਹਾ ਵੀ ਮੈਂ ਪੰਚਾਇਤੀ ਨੁਮਾਇੰਦਾ ਬਾਪੂ ਜੀ, ਮੈਂ ਆਜ਼ਾਦ ਤੌਰ 'ਤੇ ਆਪਣੇ ਵੱਲੋਂ ਤੁਹਾਡੀ ਸਪੋਰਟ ਕਰਾਂਗਾ, ਹਰ ਹਿੱਲੇ ਤੁਹਾਡੀ ਸਪੋਰਟ ਕਰਾਂਗਾ, ਤੁਹਾਡੇ ਤੋਂ ਕਿਸੇ ਵੀ ਲੋਭ ਲਾਲਚ ਨਾਲ ਮੈਂ ਪਾਸੇ ਨਹੀਂ ਹੋਣ ਵਾਲਾ। ਅਤੇ ਅੱਜ ਖਹਿਰਾ ਸਾਹਿਬ ਆਪਣੀਆਂ ਸਪੀਚਾਂ 'ਚ ਤੁਸੀਂ ਦੇਖ ਲਓ ਸਪੀਚਾਂ ਉਹਨਾਂ ਦੀਆਂ ਅਤੇ ਮੇਰਾ ਜ਼ਿਕਰ ਕਰ ਰਹੇ ਨੇ ਹਰ ਜਗ੍ਹਾ, ਠੀਕ ਆ। ਅੱਜ ਉਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਹੀਰਾ ਕਿਸ ਤਰ੍ਹਾਂ ਉਹਨਾਂ ਨੇ ਖੋਇਆ, ਠੀਕ ਆ। ਮੇਰੇ 'ਤੇ ਬੜੇ ਤਸ਼ੱਦਦ ਕੀਤੇ ਕਾਂਗਰਸੀਆਂ ਨੇ, ਇਸ ਕਰਕੇ ਮੈਂ ਉਹਨਾਂ ਦੇ ਪਾਸੇ ਹੋ ਕੇ ਆਪਦੇ ਜਿਹੜੇ ਕੌਮ ਦੇ ਆਗੂਆਂ ਦੀ ਸਪੋਰਟ ਕਰ ਰਿਹਾ। ਸੰਗਰੂਰ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹ? ਸੰਗਰੂਰ ਦੇ ਵੋਟਰਾਂ ਨੂੰ ਇਹੀ ਅਪੀਲ ਹੈ ਵੀ ਇੱਕ ਨਾ ਫਿਲਮੀ ਡਾਇਲੋਗ ਆ ਅਮਿਤਾਭ ਬੱਚਨ ਦਾ, ਮੈਂ ਜਹਾਂ ਪੇ ਖੜਾ ਹੋਤਾ ਹੂੰ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ। ਅਤੇ ਸੰਗਰੂਰ 'ਚ ਖਾਲਸ ਸਿੱਖ ਵੱਸਦੇ ਨੇ ਮਲਵਈ, ਅਤੇ ਪੰਜਾਬੀ ਜਿਹੜੇ ਵੀ ਕੰਮ ਕਰਦੇ ਆ ਨਾ, ਉਹ ਈਨ ਬੀਨ ਸਮੁੱਚੇ ਹਿੰਦੁਸਤਾਨ 'ਤੇ ਕਿ ਵਰਲਡ 'ਤੇ ਲਾਗੂ ਹੁੰਦਾ। ਇੱਥੋਂ ਆਪਾਂ ਇੱਕ ਨਵਾਂ ਮੈਸੇਜ ਦੇਣਾ ਵੀ ਜਿਹੜੀ ਆਪਣੀ ਕੌਮ ਹੁਣ ਕਿਸੇ ਕਾਰਨਾਂ ਕਰਕੇ ਕਮਜ਼ੋਰ ਕਰਤੀ ਆਪਾਂ ਆਪਣੇ ਹਰਾਏ, ਅਤੇ ਉਹ ਅਸੀਂ ਬਾਊਂਸ ਬੈਕ ਕਰਾਂਗੇ, ਬੈਕ ਕਰਾਂਗੇ, ਅਸੀਂ ਜ਼ੋਰਦਾਰ ਤਰੀਕੇ ਨਾਲ ਅਸੀਂ ਵਾਪਸੀ ਕਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਤੌਰ 'ਤੇ। ਅਤੇ ਆਉਣ ਵਾਲਾ ਜਿਹੜਾ ਸਾਡੀ ਮਾਨ ਸਾਹਿਬ ਦਾ ਸੁਨਹਿਰੀ ਭਵਿੱਖ ਸ਼ੁਰੂ ਹੋਏਗਾ ਆਉਣ ਵਾਲੀਆਂ ਵਿਧਾਨ ਸਭਾ 'ਚ ਵੀ ਦੇਖੋਗੇ, ਕਿਉਂਕਿ ਹੁਣ ਬਦਲ ਹੀ ਕੋਈ ਹੈ ਨਹੀਂ। ਕਾਂਗਰਸ ਤੋਂ ਲੋਕ ਅੱਕ ਗਏ, ਅਕਾਲੀ ਤੋਂ ਲੋਕ ਅੱਕ ਗਏ, ਆਮ ਆਦਮੀ ਤਾਂ ਸਭ ਤੋਂ ਅਕਾ 'ਤੇ। ਆਉਣ ਵਾਲਾ ਸਮਾਂ ਪਾਰਟੀਆਂ ਦਾ ਨਹੀਂ, ਆਉਣ ਵਾਲਾ ਸਮਾਂ ਕਿਰਦਾਰਾਂ ਦਾ ਹੋਵੇਗਾ, ਲੋਕਾਂ ਦਾ ਹੋਵੇਗਾ, ਚੰਗੇ ਬੰਦਿਆਂ ਦਾ ਹੋਵੇਗਾ। ਹਮਖਿਆਲੀ ਬੰਦਿਆਂ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਲੈਣਗੇ ਅਤੇ ਅੱਗੇ ਵਧਣਗੇ, ਅਤੇ ਅਸੀਂ ਨੌਜਵਾਨ ਉਹਨਾਂ ਦਾ ਭਰਪੂਰ ਸਾਥ ਦੇਵਾਂਗੇ। ਇਹ ਸਨ ਸਰਪੰਚ ਸੈਣਾ ਸਰ, ਜਿਨ੍ਹਾਂ ਨੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆਮ ਸੁਪਨੇ ਦਿਖਾ ਕੇ ਲੋਕਾਂ ਨੂੰ ਸੱਤਾ 'ਚ ਆਈ, ਉਹਨਾਂ ਨੇ ਤਸ਼ੱਦਦ ਕੀਤੇ। ਇੱਥੋਂ ਤੱਕ ਕਿ ਇਲਾਕੇ ਦਾ MLA ਪਿੰਡ ਦੇ ਨੁਮਾਇੰਦੇ ਨੂੰ ਕਹੇ ਵੀ ਮੈਂ ਤੇਰੇ ਥੱਪੜ ਮਾਰਨਾ, ਕੋਈ ਛੋਟੀ ਗੱਲ ਨਹੀਂ ਹੁੰਦੀ, ਵੱਡੀ ਗੱਲ ਹੁੰਦੀ ਹੈ, ਪਰ ਉਹ ਆਪਣੀ ਔਕਾਤ ਭੁੱਲ ਗਿਆ ਸੀ। ਪਲ ਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਇਕਬਾਲ ਸਿੰਘ ਫੱਗੂਵਾਲਾ, ਬਰਨਾਲਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ,
D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।